ਜਿੱਥੋਂ ਦੁਸ਼ਮਨ ਨੂੰ ਵੀ ਮਿਲਦੇ, ਜਿੱਥੋਂ ਦੁਸ਼ਮਣ ਨੂੰ ਵੀ ਮਿਲਦਾ, ਜਿੱਥੋਂ ਦੁਸ਼ਮਣ ਨੂੰ ਵੀ ਮਿਲਦੇ, ਉਧਰ ਬਣੇ ਅਲੀ ਦਾਏ, ਜਿੱਥੋਂ ਦੁਸ਼ਮਣ ਨੂੰ ਵੀ ਮਿਲਦੇ ਉਧਰ ਬਣੇ ਅਲੀ ਦਾਏ, ਜਿਹਨੂੰ ਤਾਹਿਰ ਖੁਦਾ ਉੱਚੀ ਕਰੋ ਸੁਭਾਨ ਅੱਲਾਹ, ਪੀਰ ਹੁਸੈਨ ਦਾ ਸੱਚਾ ਮਰੀਦ ਉੱਚੀ ਬੋਲੋ ਸੁਭਾਨ ਅੱਲਾਹ, ਜਿਹਨੂੰ ਤਾਹਿਰ ਖੁਦਾ ਆਖੇ ਉਹ ਘਰੇ ਬਣੇ ਅਲੀ ਦਾਏ, ਜਿਹੜਾ ਤਨ ਤੋਂ ਜੁਦਾ ਹੋ ਕੇ ਅਜੇ ਕੁਰਾਨ ਪੜਦਾ ਏ, ਜਿਹੜਾ ਤਨ ਤੋਂ ਜੁਦਾ ਹੋ ਕੇ ਅਜੇ ਕੁਰਾਨ ਪੜਦਾ ਏ, ਜ਼ਰਾ ਕਰੋ ਗੌਰ ਜ਼ਰਾ ਕਰ ਗੌਰ ਏ ਜ਼ਾਲਿਮ, ਇਹ ਸਰੇ ਬਣੇ ਅਲੀ ਦਾਏ। ਸਟੇਜ ਵਾਲੇ ਵੀ ਪੰਡਾਲ ਵਾਲੇ ਵੀ, ਮੈਂ ਤੁਹਾਨੂੰ ਸਾਰਾ ਦੁਨੀਆਂ ਕੋਈ ਪਤਾ ਨੀ ਨਾਥ ਕਿਆ ਹੈ ਕਸੀਦਾ ਕਿਆ ਹੈ, ਹੁਣ ਤਾਈ ਤੁਸੀਂ ਆਪਣੀ ਮਰਜ਼ੀ ਨਾਲ ਸੁਭਾਨ ਲਾ ਕੇ, ਇੱਕ ਜਿਹੜਾ ਨਸ਼ੇ ਪੜਦਾ ਪਿਆ ਮੇਰੀ ਮਰਜ਼ੀ ਨਾਲ ਪੜਾਣਾ ਜਾਣ ਕੇ ਨਾਥ ਖਾਸ ਸਮਝ ਕੇ ਸੁਭਾਨ ਲਾ ਕੇ ਛੱਡਿਆ, ਮੈਂ ਤੁਹਾਡੇ ਤੇ ਖੁਸ਼ ਹਾਂ। ਜਿਦਾ ਦੀਦਾਰ ਕਰਕੇ ਤੇ ਮੁਹੰਮਦ ਯਾਦ ਆਵੇ, ਮੁਹੰਮਦ ਯਾਦ ਆਵੇ ਤੇ ਅਲੀ ਅਕਬਰ ਹੈ ਨਾਸ ਦਾ ਪੁੱਤਰ ਬਣੇ ਅਲੀ ਦਾ। ਅਲੀ ਅਕਬਰ, ਇਹੋ ਅਲੀ ਅਕਬਰ ਹੈ, ਇਹੋ ਅਲੀ ਅਕਬਰ ਹੈ। ਖੁਦਾ ਦੀ ਕਸਮ ਮੈਂ ਕੁਝ ਵੀ ਨਹੀਂ ਜਾਣਦਾ, ਪਰ ਜਿਹੜਾ ਜਾਣਨਾ ਸੁਣਾਉਣਾ ਫਰਜ਼ ਸਮਝਣਾ, ਕੋਈ ਕਿ ਮੇਰਾ ਇਮਾਮ ਇਸ ਹਸੀਨ ਪੁੱਤਰ ਨੂੰ ਰਾਤ ਉੱਠ ਉੱਠ ਕੇ ਪੰਜ ਪੰਜ ਵਾਰੀ ਚਾਦਰ ਹਟਾ ਕੇ ਵੇਖਦਾ ਹੈ, ਕਿੱਡਾ ਸੋਹਣਾ। ਜਿੰਦੇ ਦੀ ਜਿੰਦਾ ਦੀਦਾਰ ਕਰਕੇ ਤੇ ਮੁਹੰਮਦ ਯਾਦ ਆਵੇ ਤੇ ਅਲੀ ਅਕਬਰ ਹੈ ਨਾਸ ਦਾ ਪੁੱਤਰ ਬਣੇ ਅਲੀ ਦਾਏ, ਨਾ ਅਕਬਰ ਹੈ ਨਾ ਅਸਗਰ ਹੈ ਨਾ ਗਾਜ਼ੀ ਦਾ ਦਿਲ ਸਾਰੇ, ਬੜਾ ਖਾਮੋਸ਼ ਤੇ ਤਨਹਾ ਸਫਰ ਬਣੇ ਅਲੀ, ਬੜਾ ਖਾਮੋਸ਼ ਤੇ ਤਨਹਾ ਸਫਰ ਬਣੇ ਅਲੀ ਨਾਲੇ। ਇਸ ਤੋਂ ਕਿਆ ਬਾਰੀਕ ਦੱਸਾਂ, ਸ਼ਾਇਰੀ ਤਾਂ ਨਹੀਂ, ਇਹ ਖਲੂਸ ਹੈ, ਮੁਹੱਬਤ ਹੈ। ਜਿਹੜਾ ਸੁਖੀ ਜ਼ਬਾਨ ਆਪਣੀ ਵਿਖਾ ਕੇ ਪਿਆਸ ਦੱਸਦਾ ਏ, ਜਿਹੜਾ ਸੁਖੀ ਜ਼ਬਾਨ ਆਪਣੀ ਵਿਖਾ ਕੇ ਪਿਆਸ ਦੱਸਦਾ ਏ, ਇਹਨੂੰ ਕਹਿ ਦੇ ਅਲੀ ਅਸਗਰ ਜਿਗਰੇ ਬਣੇ
سن ہاکم زمانہ مان دا بندے کو دو بیٹھوں پر خدا دا واسطہ جی شیر زائم ہو بڑی مہربانی جدے تھلے سن ہاکم زمانہ مان دا جے سچ پوچھے تو جگتے شجر بنے علی دا جے سچ پوچھے تو جگتے شجر بنے علی دا جتوں دشمن نوں ملدے او درے بنے